ਸਾਨੂੰ ਨਾ ਕੱਲ ਇੱਕ ਪੱਤਰ ਮਸੂਲ ਹੋਇਆ 6092W। उस पत्र ਦੇ ਵਿੱਚ ਕਿਹਨਾ ਸਾਨੂੰ ਸਹਾਇਕ ਸੁਪਰਡੈਂਟ ਜੇਲ੍ਹ ਅਜਮੇਰ ਸਿੰਘ ਨੇ ਨਾ ਇੱਕ ਉਹ ਲਿਖਿਆ ਲੈਟਰ ਲਿਖਿਆ ਉਹਦੇ ਵਿੱਚ ਲਿਖਿਆ ਵੀ ਸਾਨੂੰ ਇੱਕ 9 ਮੋਬਾਈਲ ਮਿਲੇ ਨੇ 9 ਮੋਬਾਈਲਾਂ ਤੋਂ ਇਲਾਵਾ 43 ਜਰਦੇ ਦੀ ਪੂੜੀਆਂ 7 ਡੱਬੀਆਂ ਸਿਗਰਟ ਦੀਆਂ ਇੱਕ 에ਅਰਫੋਨ 2 ਚਾਰਜਰ ਕਾਲੇ ਰੰਗ ਦੇ 4 ਡਾਟਾ ਕੇਬਲ 55 ਕੈਪਸੂਲ ਪ੍ਰੈਗਬਲਿਨ 5 ਸਪਰਿੰਗ ਹੀਟਰ ਇਸ ਤੋਂ ਇਲਾਵਾ 76 ਗੋਲੀਆਂ ਛੋਟੀਆਂ ਤੇ ਮਤਲਬ ਵੱਡੀਆਂ ਨਸ਼ੀਲੀਆਂ ਜੋ ਜਾਪਦੀਆਂ ਨੇ ਉਹ ਮਿਲੀਆਂ ਨੇ ਉਹ ਪੱਤਰ ਦੇ ਥਰੂ ਅਸੀਂ ਇੱਕ FIR ਰਜਿਸਟਰ ਕਰੀ ਆ FIR ਨੰਬਰ 104 ਅੰਡਰ ਸੈਕਸ਼ਨ 22 NDPS ਐਕਟ 42 ਤੇ 52 ਇਹ ਪ੍ਰੀਜ਼ਨ ਐਕਟ ਇੰਨੀ ਭਾਰੀ ਮਾਤਰਾ 'ਚ ਸਮੱਗਰੀ ਪਹੁੰਚੀ ਕਿਵੇਂ ਅੰਦਰ ਕੋਈ ਦੇਖੋ ਜਿਹੜੇ ਪੱਤਰ ਦੇ ਸਾਨੂੰ ਪੱਤਰ ਦੇ ਅਕੋਰਡਿੰਗ ਹੀ ਇਨਫੋਰਮੇਸ਼ਨ ਮਿਲਦੀ ਆ ਪੱਤਰ ਦੇ ਅਕੋਰਡਿੰਗ ਇਹ ਹੋਇਆ ਵੀ ਉਹਨਾਂ ਨੇ ਦੱਸਿਆ ਸਹਾਇਕ ਸੁਪਰਡੈਂਟ ਸਾਹਿਬ ਨੇ ਦੱਸਿਆ ਵੀ ਬੈਰਕ ਨੰਬਰ 1 ਦੀ ਬੈਰਕ ਨੰਬਰ 9 ਤੇ 10 ਦੇ ਬਾਹਰ ਜਦੋਂ ਅਸੀਂ ਚੱਕਰ ਲਗਾ ਰਹੇ ਸੀ ਤਾਂ 5 ਕ ਬੰਡਲ ਮਿਲੇ ਨੇ ਕਾਲੇ ਰੰਗ ਦੇ ਜੋ ਕਾਲੀ ਲਪੇਟ ਨਾਲ ਟੇਪ ਨਾਲ ਲਪੇਟੇ ਹੋਏ ਸੀ ਉਹਨਾਂ ਦੇ ਵਿੱਚੋਂ ਇਹ ਚੀਜ਼ਾਂ ਮਿਲੀਆਂ ਪੱਤਰ ਮੁਤਾਬਕ ਉਹਨਾਂ ਦੇ ਦੱਸਣ ਮੁਤਾਬਕ ਵੀ ਇਹ ਫੇਂਕੇ ਰਾਹੀਂ ਆਏ ਥਰੋ ਕੀਤਾ ਗਿਆ ਦੇਖੋ ਜੀ ਇਹ ਹਾਂਜੀ ਮਿਲਦੇ ਨੇ ਸਾਨੂੰ ਵੀ ਮਿਲੇ ਨੇ ਇੱਕ ਦੋ ਵਾਰ ਅਸੀਂ ਸਰਚ ਵੀ ਕਰੀ ਆ ਮੋਬਾਈਲ ਐਂਡ ਚਾਰਜਰ ਵਗੈਰਾ ਮਿਲੇ ਨੇ ਅੰਦਰ ਸੀਸੀਟੀਵੀ ਕੈਮਰੇ ਵੀ ਹੋਣਗੇ ਨਹੀਂ ਇਹ ਜੇਲ੍ਹ ਦੀ ਪਰਸਨਲ ਕੁਛ ਪ੍ਰੋਵੀਜ਼ਨ ਨੇ ਜਿਹਦੇ ਰਿਗਾਰਡਿੰਗ ਅਸੀਂ ਬਹੁਤ ਰੇਅਰ ਚਾਂਸਿਸ ਨੇ ਅਸੀਂ ਜਾਣਦੇ ਹਾਂ ਹੁਣ ਤੱਕ ਕਿੰਨੇ ਜਿਹੜੇ 52 ਪ੍ਰੋਵੀਜ਼ਨ ਐਕਟ ਦੇ ਪਰਚੇ ਹੋ ਚੁੱਕੇ ਨੇ ਹੁਣ ਤੱਕ 2022 ਦੇ ਅਕੋਰਡਿੰਗ ਤਕਰੀਬਨ 28 ਮੁਕੱਦਮੇ ਦਰਜ ਹੋ ਚੁੱਕੇ ਨੇ ਕਾਫੀ ਮੋਬਾਈਲ ਮਿਲ ਚੁੱਕੇ ਆ ਪਰ ਹਾਂਜੀ ਮਿਲਦੇ ਨੇ ਨਵੀਂ ਸਰਕਾਰ ਬਣੀ ਉਹਨੇ ਪਰਸੋਂ ਐਲਾਨ ਕੀਤਾ ਸੀ VIP ਕਲਚਰ ਖਤਮ ਕਰਾਂਗੇ ਫੋਨ ਅਸੀਂ ਇੰਨੇ ਫੜ ਰਹੇ ਉਹਦੇ ਅਕੋਰਡਿੰਗ ਵੀ ਹੋ ਸਕਦਾ ਵੀ ਸ਼ਾਇਦ ਉਹਦੇ ਅਕੋਰਡਿੰਗ ਜ਼ਿਆਦਾ ਸਰਚ ਵਗੈਰਾ ਜ਼ਿਆਦਾ ਹੋਣ ਲੱਗ ਗਈ ਹੋਵੇ ਇਹ ਵੀ ਹੋ ਸਕਦਾ ਪੁਲਿਸ ਦੀ ਹੈਲਪ ਲੱਤੀ ਗਈ ਸੀ ਕਿ ਜੇਲ੍ਹ ਪਰ ਨਹੀਂ ਜੀ ਨਹੀਂ ਪੁਲਿਸ ਦੀ ਕੋਈ ਹੈਲਪ ਨਹੀਂ ਸਾਨੂੰ ਸਿਰਫ ਇੱਕ ਪੱਤਰ ਹੀ ਮਸੂਲ ਹੋਇਆ ਹੋਰ ਸਾਡੇ ਇਦਾਂ ਦੇ ਕੁਝ ਨਹੀਂ ਸਗੋਂ ਬਲਕਿ ਸਾਡਾ ਇਹ ਇਨ ਫਿਊਚਰ ਪਲੈਨਿੰਗ ਆ ਵੀ ਇੱਕ ਵਾਰ ਜੇਲ੍ਹ ਦੀ ਸਾਡੇ ਪੁਲਿਸ ਪ੍ਰਸ਼ਾਸਨ ਦੁਆਰਾ ਵੀ ਸਰਚ ਕੀਤੀ ਜਿਹੜੇ ਕੱਲ ਮੋਬਾਈਲ ਮਿਲੇ ਨੇ ਕੁਛ ਐਕਟੀਵੇਟ ਵੀ ਹੋਣਗੇ ਫਿਰ ਅੱਗੇ ਬਾਏ ਸਿਮ ਤੋਂ ਇਹ ਨਹੀਂ ਇਹ ਬਿਨਾਂ ਸਿਮ ਤੋਂ ਮਿਲੇ ਨੇ ਸਾਰੇ ਮੋਬਾਈਲ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਜਿਹੜੇ 5 ਬੰਡਲ ਮਿਲੇ ਸੀ ਉਹਨਾਂ ਦੇ ਵਿੱਚ ਹੀ ਸੀ ਇਹ ਮੋਬਾਈਲ 5 ਬੰਡਲਾਂ ਦੇ ਵਿੱਚ ਬਿਨਾਂ ਸਿਮ ਸੀ ਸ਼ਾਇਦ ਆਈ ਥਿੰਕ ਇਹ ਯੂਜ਼ ਕਰਨੇ ਹੋਣ ਇਨ ਫਿਊਚਰ ਹਾਂਜੀ ਉਹ ਅੱਜ ਕੱਲ੍ਹ ਦੇਰ ਦਾ ਤਾਂ ਇਹ ਸਾਨੂੰ ਪੱਤਰ ਮਸੂਲ ਹੋਇਆ ਅੱਜ ਸਾਡੇ IO ਵੱਲੋਂ ਲਾ ਐਂਡ ਆਰਡਰ ਡਿਊਟੀ ਕਰਕੇ ਸਾਨੂੰ ਕੁਛ ਪਰੇਸ਼ਾਨੀ ਅੱਜ ਸਾਡੇ IO ਵੱਲੋਂ ਇਹ ਕਬਜ਼ਾ ਪੁਲਿਸ 'ਚ ਲੈ ਜਾਣਗੇ ਤੁਹਾਨੂੰ ਲੱਗਦਾ ਮੇਰੀ ਕੋਲ ਤੋਂ ਬਿਨਾਂ ਤਾਂ ਅੰਦਰ ਜਾ ਸਕਦੇ ਜਿਵੇਂ ਪਹਿਲਾਂ ਵੀ ਕਾਫੀ ਮਿਲੇ ਤੁਸੀਂ ਦੱਸਿਆ ਵੀ ਐਨੇ ਮਾਮਲੇ ਦਾ ਦੇਖੋ ਇਸ ਬਾਰੇ ਅਸੀਂ ਕੁਛ ਕਿਹਾ ਨਹੀਂ ਸਰ ਅਸ਼ਾਂ ਮਿਲਿਆ ਕਿਵੇਂ ਮਿਲਿਆ ਅਤੇ ਕਿਵੇਂ ਪਤਾ ਲੱਗਿਆ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਮਾਨਯੋਗ ਜੇਲ੍ਹ ਮਿਨਿਸਟਰ ਸਾਹਿਬ ਦੇ ਵੱਲੋਂ ਅਤੇ ਮਾਨਯੋਗ ADGP ਜੇਲ੍ਹ ਜੀ ਦੇ ਵੱਲੋਂ ਸਾਰੀਆਂ ਜੇਲ੍ਹਾਂ ਨੂੰ ਵੀ ਸਖਤ ਹਦਾਇਤਾਂ ਜਾਰੀ ਹੋਈਆਂ ਹਨ ਕਿ ਜੇਲ੍ਹਾਂ ਦੇ ਅੰਦਰ ਜੋ ਵੀ ਕ੍ਰਿਮੀਨਲਸ ਲੋਕ ਬੰਦ ਹਨ ਉਹਨਾਂ ਦੇ ਉੱਤੇ ਕਾਨੂੰਨ ਅਨੁਸਾਰ ਜੋ ਹੈ ਕਾਰਵਾਈ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ ਜੇਲ੍ਹਾਂ ਦੇ ਅੰਦਰੋਂ ਮੋਬਾਈਲ ਫੋਨ ਅਤੇ ਹੋਰ ਵਰਜਿਤ ਵਸਤੂਆਂ ਜੋ ਵੀ ਬਰਾਮਦ ਹੁੰਦੀਆਂ ਨੇ ਜੋ ਇਹਨਾਂ ਕੋਲ ਹੈਗੀਆਂ ਨੇ ਸਮਗਲਿੰਗ ਕੀਤੀਆਂ ਨੇ ਉਹਨਾਂ ਨੂੰ ਕੱਢਿਆ ਜਾਵੇ ਅਤੇ ਇਸ ਦੇ ਨਾਲ ਹੀ ਇਹ ਵੀ ਹਦਾਇਤਾਂ ਸਾਨੂੰ ਪ੍ਰਾਪਤ ਹੋਈਆਂ ਸਨ ਕਿ ਇਹਨਾਂ ਚੀਜ਼ਾਂ ਨੂੰ ਜੇਲ੍ਹਾਂ ਦੇ ਅੰਦਰ ਆਉਣ ਤੋਂ ਰੋਕਣ ਲਈ ਵੀ ਠੋਸ ਕਦਮ ਚੱਕੇ ਜਾਣ ਸੋ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਿਛਲੇ ਕੁਝ ਸਮੇਂ ਤੋਂ ਜੇਲ੍ਹਾਂ ਦੇ ਅੰਦਰ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਅੰਦਰ ਅਸੀਂ ਇੱਕ ਸਰਚ ਮੁਹਿੰਮ ਚਲਾਈ ਹੋਈ ਹੈ ਇਸ ਸਰਚ ਮੁਹਿੰਮ ਦੇ ਦੌਰਾਨ ਪਿਛਲੇ ਕਰੀਬ 2-3 ਮਹੀਨਿਆਂ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਅਸੀਂ ਮੋਬਾਈਲ ਫੋਨ ਅਤੇ ਹੋਰ ਵਰਜਿਤ ਵਸਤੂਆਂ ਬਰਾਮਦ ਕੀਤੀਆਂ ਨੇ ਅਤੇ ਉਹਨਾਂ ਬੰਦੀਆਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਪੁਲਿਸ ਨੂੰ ਇਹ ਸਾਰਾ ਕੁਝ ਮਾਮਲਾ ਉਹਨਾਂ ਦੇ ਧਿਆਨ 'ਚ ਲਿਆਂਦਾ ਗਿਆ ਔਰ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਿਸ ਦੇ ਨਾਮ 'ਤੇ ਇਹ ਸਿਮ ਕਾਰਡ ਜਾਰੀ ਹੋਏ ਹੋਣਗੇ ਜਿਨ੍ਹਾਂ ਦੇ ਨਾਮ ਦੇ ਉੱਪਰ ਇਹ ਮੋਬਾਈਲ ਫੋਨ ਬਾਏ ਕੀਤੇ ਹੋਣਗੇ ਉਹਨਾਂ ਦੇ EMI ਨੰਬਰਸ ਚੈੱਕ ਕਰਨ ਉਪਰੰਤ ਉਹਨਾਂ 'ਤੇ ਠੋਸ ਕਾਰਵਾਈ ਕੀਤੀ ਜਾਏਗੀ ਇਸ ਸਾਰੀ ਮਾਤਰਾ ਦੇ ਸਮਾਨ ਪਹੁੰਚਿਆ ਗਿਆ ਹੈ ਸਰ ਬਾਉਂਡਰੀ ਵਾਲ ਦੇ ਆਲੇ ਦੁਆਲੇ ਸਫਾਈ ਨੂੰ ਲੈ ਕੇ ਵੀ ਕੋਈ ਖਾਸ ਪ੍ਰਬੰਧ ਕੀਤੇ ਗਏ ਮੈਂ ਇਸੇ ਲਗਾਤਾਰਤਾ ਦੇ ਵਿੱਚ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਜੋ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਹੈ ਇਹ ਬਿਲਕੁਲ ਖੇਤਾਂ ਦੇ ਵਿੱਚ ਬਣੀ ਹੋਈ ਹੈ ਔਰ ਇਸ ਦੇ ਚਾਰੋਂ ਪਾਸੇ ਖੇਤ ਔਰ ਖੁੱਲ੍ਹਾ ਏਰੀਆ ਹੈ ਔਰ ਇੱਥੋਂ ਮੇਨ ਦੀਵਾਰ ਦੇ ਉੱਪਰ ਦੀ ਕਾਫੀ ਵਾਰ ਸਾਡੇ ਕੋਲ ਥਰੋ ਦੇ ਇੰਸਟੈਂਸਿਸ ਸਾਹਮਣੇ ਆਏ ਨੇ ਪਿਛਲੇ
परसों का ही इंसीडेंट है, अर्ली मॉर्निंग असी रिकवर किया है कि रात को कुछ शरारती अंसर ने जेल के अंदर 5 पैकेट जो है वो थ्रो किए मेन दीवार के उपरों, और जब उन्होंने पैकेट्स नू खोल के चैक किया गया तो उन्होंने विचों करीब 9 मोबाइल फोन बरामद होए, जिन्हों के 3 काफ़ी वड्डे टच स्क्रीन मोबाइल फोन से जो काफ़ी महंगे और काफ़ी सोफिस्टिकेटेड असी कह सकते हैं लेटेस्ट टेक्नोलॉजी के मोबाइल फोन सन, और इस तों इलावा नशीलियां गोलियां, नशीले कैप्सूल, चार्जिंग वायरस, ईयरफोन्स और होर भी नाल निका मोटा समान जो है वर्जित वस्तुआं बरामद हुई हैं, जिस संबंधी कार्रवाई करते हुए असी लोकल पुलिस स्टेशन नूं कार्रवाई करने लिए लिखा है। सो ये एक बहुत बड़ा कारण है कि जेलों के विच मेन वॉल के उत्तों बैरिक्स जो है ने वो मेन वॉल्स के बिल्कुल नाल बनिया ने, और थ्रो कारण कई बार इस तरह होंदा है कि वो चीज़ सीधी बंदियां दी बैरिक के अंदर ही गिरती है, इस तो पहला कि मुलाजम जाके उसनू काबू करन, बंदी उस चीज़ नू छुपाउण च कई बार कामयाब हो जाते हैं, लेकिन इसनू भी असी कर्व कर रहे हैं, यह प्रॉब्लम नू असी बहाना नहीं बना सकते कि जेलों के अंदर ये चीज़ा इस करके ने, इट इज़ आर ड्यूटी कि जो भी कारण रहन असी इन चीज़ों काबू करके और आने वाले समय के भी असी इन चीज़ों पर होर सख्ती करते हुए करांगे, और मेन वॉल की सफाई नाल संबंधित भी असी मुहिम चलाई है, मेन वॉल दे नाल वी आर ट्राइंग के एक 15 to 20 फुट का एक रस्ता असी बनाइए, फिलहाल तो वह खेत ने बट विद इन 2-3 डेज़ मेरी मेन वॉल के आसे पासे की असी अपनी QRT जो गड्डी है उसका राउंड लावांगे, 3-4 दिन के गेड़े लगावांगे, 3-4 रात को उसकी सर्वेलेंस होएगी ताकि जो ऐसे शरारती अंसर हैं उन्होंने डेटरेंस दी जा सके। इस गल तो इनकार नहीं किया जा सकता क्योंकि जो असं मोबाइल फोन अंदरों फड़ रहे हैं तो इट मीनस वो मोबाइल फोन कितने ना कितने इस चीज़ लिए भी यूज़ हों होगा, बट यही चीज़ लिए असी इसकी इनवैसटीगेशन करने लिए मामला पुलिस को दिता है, जो पहला रिकवरीज कीतियां असी तुरंत पुलिस को इस बारे इतलाह करते हैं, और माननीय ADGP जेल्स के वलों एक ऐसी टीम भी बनाई गई है जिस विच पुलिस के ऑफिसर एक नोडल ऑफिसर बनाए गए हैं और एक जेल तो ऑफिसर नोडल ऑफिसर बनाए गए हैं जो ये चीज़ देखेंगे कि जो मोबाइल फोन या जो भी वर्जित वस्तुआं जेल च रिकवर हुई ने उन्हां दी बरीकी नाल तहकीकात हो रही है कि नहीं। सो ये नोडल ऑफिसर्स आपस में तालमेल करके दोनों डिपार्टमेंट्स की बैटर कोऑर्डिनेशन लिए काम करन। किन्ने प्रिजनर ने ते किन्ने मुलाजम जिहड़े इत्थे देखो सिक्योरिटी एस्पेक्ट्स नूं रखते हुए मैं एग्जैक्ट नंबरस नहीं दे पाऊँगा, बट हाँ ये जरूर कहूँगा कि काफ़ी शॉर्टेज स्टाफ की हैगी है, प्रिजनर्स इस टू स्टाफ रेशो की काफ़ी कमी है, लेकिन खुशकिस्मती है कि साढ़े करीब 800-900 मुलाजम भर्ती हो रहे हैं नवें जो कि आई थिंक लास्ट स्टेज के उत्ते है विद इन अ मंथ और सो मे बी लेटर दैन दैट मे बी उस तो भी अर्ली हो जाए साढ़े को 800-900 मुलाजम जेलों आ रहे हैं, ये पंजाब सरकार का बहुत अच्छा उपराला है, सानू इसकी जरूरत है। अब उपलब्ध है 1100 प्लस डिजिटल केबल नेटवर्क पर एन एंड्रॉइड बेस्ड DTH स्मार्ट सेटअप बॉक्स सभी OTT प्लेटफॉर्म 24 घंटे लाइव देखे हमारे सोशल मीडिया पेजेस पर।